ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਾਹਿਬ ਸਿੰਘ ਅਤੇ ਤੁਸੀਂ ਦੇਖ ਰਹੇ ਸਾਹਿਬ ਸਿੰਘ ਵਲੋਗਸ। ਗਾਈਜ਼, ਅੱਜ ਦਾ ਵਲੋਗ ਬੜਾ ਹੀ ਖਾਸ ਹੋਣ ਵਾਲਾ। ਅੱਜ ਦੇ ਇਸ ਵਲੋਗ ਦੇ ਵਿੱਚ ਅਸੀਂ ਸ਼੍ਰੀ ਵੈਸ਼ਨੋ ਦੇਵੀ ਜੀ ਆਏ ਹਾਂ ਅਤੇ ਆਪਾਂ ਅੱਜ ਪੂਰਾ ਐਕਸਪਲੋਰ ਕਰਾਂਗੇ ਕਿ ਇੱਥੋਂ ਦੀ ਯਾਤਰਾ ਕਿਵੇਂ ਹੁੰਦੀ ਹੈ। ਬਹੁਤਾ ਟਾਈਮ ਵੇਸਟ ਨਾ ਕਰਦੇ ਹੋਏ ਇਸ ਵਲੋਗ ਨੂੰ ਛੇਤੀ ਤੋਂ ਛੇਤੀ ਸ਼ੁਰੂ ਕਰਦੇ ਹਾਂ। ਦੋਸਤੋ, ਪਠਾਨਕੋਟ ਤੋਂ ਤੁਸੀਂ ਬਾਏ ਟ੍ਰੇਨ ਜਾਂ ਬਾਏ ਬੱਸ ਵੀ ਤੁਸੀਂ ਇੱਥੇ ਜੰਮੂ ਪਹੁੰਚ ਸਕਦੇ ਜੇ। 150 ਜਾਂ 200 ਰੁਪਏ ਦੇ ਵਿੱਚ ਚਾਰਜ ਹੁੰਦੇ ਇੱਕ ਜਣੇ ਦੇ। ਇੱਥੇ ਜੰਮੂ ਆ ਕੇ ਫਿਰ ਅਸੀਂ ਟਰੈਵਲਰ ਟੈਂਪੂ ਕੀਤਾ ਸੀ, ਜਿਹਦਾ ਮਤਲਬ ਵੀ ਇੱਕ ਜਣੇ ਦਾ ਖਰਚਾ ਘੱਟੋ ਘੱਟ ਉਹੀ 150-200 ਦੇ ਵਿੱਚ ਹੀ ਇੱਥੇ ਵੀ ਆਇਆ ਸੀ, ਜਿਹੜਾ ਸਾਨੂੰ ਜੰਮੂ ਤੋਂ ਕਟੜਾ ਤੱਕ ਲੈ ਕੇ ਜਾਵੇਗਾ। ਅਤੇ ਰਸਤੇ ਵਿੱਚ ਤੁਸੀਂ ਵੇਖ ਸਕਦੇ ਹੋ ਇੰਨੀਆਂ ਖੂਬਸੂਰਤ, ਇੰਨਾ ਲੰਮੀਆਂ ਲੰਮੀਆਂ ਸੁਰੰਗਾਂ ਬਣੀਆਂ ਵਾ, ਬਹੁਤ ਵਧੀਆ ਲੱਗਦੀਆਂ ਵਾ। ਇਹ ਸਫ਼ਰ ਆਪਾਂ ਰਾਤ ਦੇ ਟਾਈਮ ਵੈਸੇ ਕੀਤਾ ਸੀ। ਇਹ ਵਲੋਗ ਅਸੀਂ June 2024 ਦੇ ਵਿੱਚ ਸ਼ੂਟ ਕੀਤਾ ਹੈ। ਦੋਸਤੋ, ਆਪਣੀ ਯਾਤਰਾ ਸ਼ੁਰੂ ਕਰਨ ਲਈ ਇੱਥੇ ਬੱਸ ਸਟੈਂਡ ਦੇ ਨਾਲ ਹੀ ਆਫਿਸ ਬਣੇ ਨੇ, ਜਿੱਥੋਂ ਤੁਸੀਂ ਜਾ ਕੇ ਆਪਣੀ ਆਧਾਰ ਕਾਰਡ ਵਗੈਰਾ ਵਿਖਾ ਕੇ ਫ੍ਰੀ ਵਿੱਚ ਹੀ ਆਪਣਾ ਸਲਿੱਪ ਲੈ ਸਕਦੇ ਹੋ, ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਉਸ ਤੋਂ ਬਾਅਦ ਇਹ ਸਲਿੱਪ ਮਿਲਣ ਤੋਂ ਬਾਅਦ ਇੱਕ ਆਈਡੀ ਕਾਰਡ ਮਿਲਦਾ, ਜਿਹੜਾ ਸਾਡੇ ਸਫ਼ਰ ਦੇ ਨਾਲ ਪੂਰਾ ਰਹਿੰਦਾ। ਜਦੋਂ ਤੱਕ ਆਪਾਂ ਵਾਪਸੀ ਕਰਨੀ ਆ, ਉੱਥੇ ਸਬਮਿਟ ਹੋਣਾ, ਸਾਡੀ ਚੈਕਿੰਗ ਵਗੈਰਾ ਹੋਣੀ ਹੈ, ਇਸੇ ਆਈਡੀ ਕਾਰਡ ਦੇ ਨਾਲ ਆਪਾਂ ਯਾਤਰਾ ਪੂਰੀ ਕਰ ਸਕਦੇ ਹਾਂ। ਸੋ ਦੋਸਤੋ, ਆਪਾਂ ਯਾਤਰਾ ਸ਼ੁਰੂ ਕਰ ਦਿੱਤੀ ਹੈ, ਰਜਿਸਟ੍ਰੇਸ਼ਨ ਕਰਵਾ ਲਈ ਆ ਅਤੇ ਲਾਠੀ ਇੱਥੋਂ ਮਿਲ ਗਈ ਹੈ, 10-20 ਰੁਪਏ ਦੀ ਤੁਹਾਨੂੰ ਲਾਠੀ ਮਿਲ ਜੂਗੀ। ਲਾਠੀ ਨਾਲ ਇਹ ਹੈ ਕਿ ਤੁਹਾਡੀ ਜਿਹੜੀ ਯਾਤਰਾ ਵਾ ਉਹ ਤੁਹਾਡੀ ਈਜ਼ੀ ਹੋ ਜੂਗੀ ਅਤੇ ਤੁਹਾਨੂੰ ਤੁਰਨ ਵਿੱਚ ਔਖਿਆਈ ਨਹੀਂ ਹੋਊਗੀ। ਅਤੇ ਅੱਗੇ ਦਾ ਜਿਹੜਾ ਸਫ਼ਰ ਆ ਉਹ ਤੁਹਾਨੂੰ ਨਾਲ ਨਾਲ ਆਪਾਂ ਵਿਖਾਵਾਂਗੇ, ਪੂਰਾ ਐਕਸਪਲੋਰ ਕਰਾਂਗੇ। ਅਤੇ ਤੁਸੀਂ ਨਾਲ ਬਣੇ ਰਹੋ ਅਤੇ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਇਸ ਚੈਨਲ ਨੂੰ, ਜੇ ਹਜੇ ਤੱਕ ਨਹੀਂ ਕੀਤਾ ਤਾਂ ਆਪਣੇ ਵੱਧ ਤੋਂ ਵੱਧ ਕਮੈਂਟ ਜ਼ਰੂਰ ਕਰਕੇ ਦੱਸਿਓ ਕਿੱਦਾਂ ਲੱਗਣ ਦੇ ਵਲੋਗ ਤੁਹਾਨੂੰ। ਦੋਸਤੋ, ਆਪਣੀ ਤੁਸੀਂ ਯਾਤਰਾ ਜਿਹੜੀ ਆ ਉਹਨੂੰ ਈਜ਼ੀ ਕਰਨ ਵਾਸਤੇ ਤੁਸੀਂ ਪਾਲਕੀ ਜਾਂ ਇੱਥੇ ਘੋੜੇ ਵਗੈਰਾ ਮਿਲ ਜਾਂਦੇ ਨੇ, ਜਿਨ੍ਹਾਂ ਨਾਲ ਤੁਸੀਂ ਆਪਣੀ ਯਾਤਰਾ ਜਿਹੜੀ ਆ ਇਹਨਾਂ ਦੇ ਥਰੂ ਕਰ ਸਕਦੇ ਜੇ। ਜਿਹੜਾ ਘੋੜਿਆਂ ਦਾ ਰੇਟ ਆ ਦੋਸਤੋ ਉਹ 2500 ਤੋਂ ਲੈ ਕੇ 3000 ਦੇ ਵਿੱਚ ਵਿੱਚ ਚਾਰਜ ਹੁੰਦੇ ਨੇ। ਇੱਥੇ ਪਾਲਕੀ ਜਾਂ ਪਿੱਠੂ ਵਾਸਤੇ ਇੱਥੇ ਕਾਊਂਟਰ ਵਗੈਰਾ ਬਣੇ ਨੇ, ਜਿੱਥੋਂ ਤੁਸੀਂ ਸਲਿੱਪ ਵਗੈਰਾ ਲੈ ਕੇ ਆਪਣੇ ਪੈਸੇ ਵਗੈਰਾ ਦੇ ਕੇ ਅਤੇ ਤੁਸੀਂ ਇੱਥੋਂ ਅੱਗੇ ਆਪਣੀ ਬੁਕਿੰਗ ਕਰਵਾ ਕੇ ਅਤੇ ਅੱਗੇ ਦਾ ਸਫ਼ਰ ਸ਼ੁਰੂ ਕਰ ਸਕਦੇ ਜੀ। ਦੋਸਤੋ, ਸਵੇਰੇ ਆਪਾਂ 5 ਵਜੇ ਟਰੈਕਿੰਗ ਸ਼ੁਰੂ ਕੀਤੀ ਅਤੇ ਹੁਣ 5:30-6 ਹੋਏ ਆ, ਅਤੇ ਆਪਾਂ ਚਾਹੁੰਦੇ ਹਾਂ ਵੀ ਠੰਡੇ ਠੰਡੇ ਐਸੇ ਮੌਸਮ ਦੇ ਅਕੋਰਡਿੰਗ ਆਪਾਂ ਨਾ ਅੱਗੇ ਦੀ ਯਾਤਰਾ ਵੀ ਪੂਰੀ ਕੰਪਲੀਟ ਕਰ ਲਈਏ, ਕਿਉਂਕਿ 13 ਕਿਲੋਮੀਟਰ ਦੀ ਚੜ੍ਹਾਈ ਕਰਨੀ ਹੈ ਜਿਹੜੀ ਉਹ ਕਾਫੀ ਔਖੀ ਹੋ ਗਈ ਜੇ ਗਰਮੀ ਦੇ ਵਿੱਚ ਕਰਨੀ ਪਈ। ਰਸਤੇ ਵਿੱਚ ਜਾਂਦੇ ਜਾਂਦੇ ਤੁਹਾਨੂੰ ਇੱਦਾਂ ਬਾਥਿੰਗ ਘਾਟ ਵਗੈਰਾ ਮਿਲ ਸਕਦੇ, ਜਿੱਥੇ ਤੁਸੀਂ ਇਸ਼ਨਾਨ ਵਗੈਰਾ ਕਰਕੇ ਅੱਗੇ ਦੀ ਯਾਤਰਾ ਸ਼ੁਰੂ ਕਰ ਸਕਦੇ ਜੀ। ਸ਼੍ਰੀ ਵੈਸ਼ਨੋ ਮਾਤਾ ਦਾ ਸਫ਼ਰ ਕਰਨ ਵਾਸਤੇ ਦੋਸਤੋ ਤੁਹਾਡਾ ਪਲੈਨ ਜਿਹੜਾ ਅਚਾਨਕ ਹੀ ਬਣਿਆ ਵਾ, ਆਪਾਂ ਕੋਈ ਅਰੇਂਜਮੈਂਟ ਨਹੀਂ ਕੀਤਾ, ਪਰ ਫਿਰ ਵੀ ਪਹਾੜਾਂ ਵਿੱਚ ਆਉਣ ਲੱਗੇ ਹਾਂ। ਆਪਣੇ ਨਾਲ ਪਾਣੀ ਦੀ ਬੋਟਲ ਵਗੈਰਾ, ਨਾਲ ਮੈਡੀਸਨ ਵਗੈਰਾ ਪ੍ਰੋਪਰ ਆਪਣਾ ਅਰੇਂਜਮੈਂਟ ਕਰਕੇ ਆਓ। ਜਦੋਂ ਦੇ ਆਪਾਂ ਘਰੋਂ ਤੁਰੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਕਿਤੇ ਵੀ ਰੁਕੇ ਨਹੀਂ, ਅਤੇ ਆਪਾਂ ਗਰਮੀ ਬਹੁਤ ਲੱਗਣ ਦੀ ਹੈ, ਅਤੇ ਹੁਣ ਆਪਾਂ ਇੱਥੇ ਘਾਟ ਵਿੱਚ ਜਿਹੜਾ ਬਣਿਆ ਵਾ ਉੱਥੇ ਆਪਾਂ ਇਸ਼ਨਾਨ ਕਰਾਂਗੇ। ਉਸ ਤੋਂ ਬਾਅਦ ਆਪਾਂ ਫਰੈਸ਼ ਵਗੈਰਾ ਹੋ ਕੇ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਹਾਂ। ਦੋਸਤੋ, ਉਸ ਤੋਂ ਬਾਅਦ ਆਪਾਂ ਅਗਲੀ ਟ੍ਰੈਕਿੰਗ ਸ਼ੁਰੂ ਕਰਦੇ ਹਾਂ। ਉੱਥੋਂ ਆਪਾਂ ਇਸ਼ਨਾਨ ਕਰਕੇ ਨਿਕਲ ਚੁੱਕੇ ਹਾਂ ਅਤੇ ਰਸਤੇ ਵਿੱਚ ਆਉਂਦੇ ਆਉਂਦੇ ਸਾਨੂੰ 8 ਵੱਜ ਚੁੱਕੇ ਨੇ ਸਵੇਰ ਦੇ, ਅਤੇ ਸਿਰ 'ਤੇ ਸੂਰਜ ਆ ਗਿਆ ਵਾ। ਅਤੇ ਇੱਧਰਲੀ ਸਾਈਡ ਤੁਸੀਂ ਵੇਖ ਸਕਦੇ ਪਹਾੜਾਂ ਵਿੱਚ ਕੰਮ ਵਗੈਰਾ ਚੱਲਦਾ ਰਹਿੰਦਾ ਵਾ, ਵੀ ਇੱਥੇ ਜਿਹੜੇ ਰੌਕ ਸਲਾਈਡਿੰਗ ਵਗੈਰਾ ਹੁੰਦੀ ਆ, ਅਤੇ ਇੱਦਾਂ ਕਾਫੀ ਰਿਸਕ ਵਾਲੀ ਜੋਬ ਆ ਇਹਨਾਂ ਦੀ। ਰਸਤਾ ਕਾਫੀ ਸੋਹਣਾ ਵਾ ਅਤੇ ਯਾਤਰਾ ਵੀ ਬੜੀ ਸੋਹਣੀ ਲੱਗਣ ਦੀ ਆ। ਰਸਤੇ ਵਿੱਚ ਕਈ ਤਰ੍ਹਾਂ ਦੇ ਤੁਹਾਨੂੰ ਇੱਥੋਂ ਦੇ ਪੰਛੀ ਆ ਜਾਂ ਜਾਨਵਰ ਆ ਉਹ ਤੁਹਾਨੂੰ ਵੇਖਣ ਨੂੰ ਮਿਲਦੇ ਇੱਥੇ, ਖਾਸ ਕਰਕੇ ਹਿਰਨ ਵਗੈਰਾ ਮਿਲ ਸਕਦੇ ਆ ਜਾਂ ਹੋਰ ਵੀ ਤਰ੍ਹਾਂ ਦੇ ਤੁਸੀਂ ਵੇਖ ਸਕਦੇ ਸਕਰੀਨ 'ਤੇ। ਇੰਨੀ ਗਰਮੀ ਆ ਦੋਸਤੋ, ਫਿਰ ਵੀ ਇੱਥੋਂ ਦੇ ਸ਼ਰਧਾਲੂ ਪੂਰੀ ਆਪਣੀ ਸ਼ਰਧਾ ਦੇ ਨਾਲ ਇੱਥੇ ਆਉਂਦੇ ਨੇ। ਸਵੇਰੇ ਦੋਸਤੋ ਆਪਾਂ 5 ਵਜੇ ਟ੍ਰੈਕਿੰਗ ਸ਼ੁਰੂ ਕੀਤੀ ਅਤੇ ਹੁਣ ਸਵੇਰ ਦੇ 9:30 ਹੋ ਗਏ ਆ, ਅਤੇ ਆਪਾਂ ਹਜੇ ਅੱਧ ਕੁਮਾਰੀ ਦੇ ਵਿੱਚ ਪਹੁੰਚੇ ਹਾਂ, ਅਤੇ ਘੱਟੋ ਘੱਟ ਆਪਾਂ ਟ੍ਰੈਕਿੰਗ ਜਿਹੜੀ ਆ ਉਹ ਘੱਟੋ ਘੱਟ 11-11.5 ਕਿਲੋਮੀਟਰ ਕੀਤੀ ਆ ਕਵਰ।
ਰਸਤੇ ਵਿੱਚ ਦੋਸਤੋ ਹਰ 3-3 ਮਿੰਟ ਬਾਅਦ ਇੱਥੋਂ ਦੀ ਕੋਈ ਨਾ ਕੋਈ ਹੈਲੀਕਾਪਟਰ ਜਿਹੜਾ ਵਾ ਲੰਘਦਾ ਤੁਹਾਨੂੰ ਦਿਖਾਈ ਦੇਊਗਾ। ਇੱਥੋਂ ਦੀ ਮੈਨੇਜਮੈਂਟ ਨੇ ਇਹ ਵੀ ਇੱਥੋਂ ਦੀ ਫੈਸਿਲਿਟੀ ਪ੍ਰੋਵਾਈਡ ਕੀਤੀ ਆ ਕਿ ਇੱਥੇ ਹੈਲੀਕਾਪਟਰ ਦੀ ਸੁਵਿਧਾ ਵਗੈਰਾ ਵੀ ਹੈਗੀ ਆ। ਜਿਹੜਾ 5-6 ਘੰਟੇ ਦਾ ਸਫ਼ਰ ਆ ਦੋਸਤੋ, ਜੇ ਤੁਸੀਂ ਮਿੰਟਾਂ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਹੈਲੀਕਾਪਟਰ ਜਿਹੜਾ ਵਾ ਉਹ ਵਧੀਆ ਆਪਸ਼ਨ ਆ ਤੁਹਾਡੇ ਵਾਸਤੇ। ਹੈਲੀਕਾਪਟਰ ਦਾ ਜਿਹੜਾ ਸਫ਼ਰ ਆ ਦੋਸਤੋ, ਉਹ ਤੁਹਾਨੂੰ ਐਡਵਾਂਸ ਬੁਕਿੰਗ ਕਰਨੀ ਪਊ, ਕਿਉਂਕਿ ਸਲੋਟ ਜਿਹੜੇ ਛੇਤੀ ਛੇਤੀ ਭਰ ਜਾਂਦੇ ਆ, ਕਿਉਂਕਿ ਜਦੋਂ ਇੱਥੇ ਸ਼ਰਧਾਲੂ ਆਉਂਦੇ ਨੇ ਤਾਂ ਉਹਨਾਂ ਦੀ ਬੁਕਿੰਗ ਆਲਰੇਡੀ ਹੋਈ ਹੁੰਦੀ ਆ, ਜਿਹਦਾ ਚਾਰਜ ਘੱਟੋ ਘੱਟ 2500 ਜਾਂ 3000 ਦੇ ਵਿੱਚ ਇੱਕ ਪਰਸਨ ਦਾ ਹੁੰਦਾ ਦੋਸਤੋ। ਅਤੇ ਨਾਲ ਹੀ ਇੱਧਰੋਂ ਆਪਾਂ ਦੋਸਤੋ ਆਪਣੀ ਯਾਤਰਾ ਅੱਗੇ ਸ਼ੁਰੂ ਕਰ ਦਿੱਤੀ, ਆਪਾਂ ਭਵਨ ਵਿੱਚ ਪਹੁੰਚ ਚੁੱਕੇ ਹਾਂ ਦੋਸਤੋ। ਇੱਥੇ ਦਾ ਬਹੁਤ ਵਧੀਆ ਜਿਹਾ ਮਾਹੌਲ ਵਾ, ਇੱਥੇ ਕਾਫੀ ਸ਼ਰਧਾਲੂ ਬਹੁਤ ਸੰਗਤ ਹੁੰਦੀ ਆ ਦੋਸਤੋ। ਇੱਧਰਲੀ ਸਾਈਡ ਦੁਰਗਾ ਭਵਨ ਵਿੱਚ ਰੈਸਟ ਵਗੈਰਾ ਕਰਨੀ ਹੋਈ ਹੈ, ਤੁਸੀਂ ਅਕੋਮੋਡੇਸ਼ਨ ਵਗੈਰਾ ਲੈ ਸਕਦੇ ਇੱਥੇ ਵੀ। ਨਾਲ ਹੀ ਇੱਥੇ ਤੁਹਾਨੂੰ ਲੋਕਰ ਵਗੈਰਾ ਦੀ ਫੈਸਿਲਿਟੀ ਵਗੈਰਾ ਮਿਲ ਜੂਗੀ, ਜਿੱਥੇ ਤੁਸੀਂ ਆਪਣਾ ਸਮਾਨ ਵਗੈਰਾ ਰੱਖ ਸਕਦੇ ਹੋ। ਇੱਥੇ ਇਹ ਗੱਲ ਆ ਵੀ ਜਿਹੜੀ ਕਿੱਟ ਵਗੈਰਾ ਜਾਂ ਆਪਣਾ ਬੈਗ ਆ ਉਹ ਉੱਪਰ ਜਾਣਾ ਅਲਾਓ ਨਹੀਂ ਹੈਗਾ, ਉਹ ਤੁਹਾਨੂੰ ਲੋਕਰ ਦੇ ਵਿੱਚ ਜਾਂ ਕਿਤੇ ਥੱਲੇ ਰੱਖ ਕੇ ਜਾਣਾ ਪਊਗਾ, ਉਹ ਉੱਪਰ ਜਾਣ ਨਹੀਂ ਦਿੰਦੇ। ਆਪਣਾ ਸਮਾਨ ਜਮ੍ਹਾਂ ਕਰਵਾਉਣ ਤੋਂ ਬਾਅਦ ਤੁਸੀਂ ਲਾਈਨ ਦੇ ਵਿੱਚ ਲੱਗ ਕੇ ਬੜੇ ਪਿਆਰ ਦੇ ਨਾਲ ਜਾ ਕੇ ਉੱਪਰ ਪਿੰਡੀ ਰੂਪ ਦੇ ਵਿੱਚ ਮਾਤਾ ਜੀ ਦੇ ਦਰਸ਼ਨ ਵਗੈਰਾ ਕਰ ਸਕਦੇ ਹੋ। ਇੱਥੇ ਦਰਸ਼ਨ ਕਰਨ ਤੋਂ ਬਾਅਦ ਅੱਗੇ ਆਪਾਂ ਤੁਹਾਨੂੰ ਅਗਲਾ ਸਫ਼ਰ ਦੱਸਦੇ ਹਾਂ ਕਿ ਸ਼੍ਰੀ ਭੈਰਵ ਨਾਥ ਜੀ ਦੇ ਜਾਣ ਦਾ। ਇੱਧਰ ਬਾਹਰਲੀ ਸਾਈਡ ਤੁਸੀਂ ਵੇਖ ਸਕਦੇ ਹੋ ਕਾਫੀ ਲੰਬੀ ਲਾਈਨ ਲੱਗੀ ਆ, ਜਿੱਥੇ ਰੋਪਵੇ ਦੇ ਨਾਲ ਤੁਸੀਂ ਉੱਪਰ ਦਾ ਸਫ਼ਰ ਕਰ ਸਕਦੇ ਹੋ, ਜਿਹਦਾ ਚਾਰਜ 100 ਰੁਪਈਆ ਪਰ ਪਰਸਨ ਆ, ਜਿਹਦੇ ਨਾਲ ਤੁਸੀਂ ਅਪ ਡਾਊਨ ਕਰ ਸਕਦੇ ਹੋ। ਇੱਥੇ ਥਾਂ ਥਾਂ 'ਤੇ ਤੁਹਾਨੂੰ ਦੋਸਤੋ ਭੋਜਨਾਲੇ ਵਗੈਰਾ ਮਿਲ ਸਕਦੇ, ਜਿੱਥੇ ਤੁਸੀਂ ਬੜੇ ਵਧੀਆ ਤਰੀਕੇ ਨਾਲ ਇੱਥੇ ਖਾਣਾ ਵਗੈਰਾ ਖਾ ਸਕਦੇ ਹੋ। ਪੇਡ ਸਰਵਿਸ ਚਾਰਜ ਹੁੰਦੇ ਆ, ਇਹ ਪੇਡ ਕਿਚਨ ਆ ਦੋਸਤੋ। ਜੇ ਤੁਸੀਂ ਫ੍ਰੀ ਦੇ ਵਿੱਚ ਲੰਗਰ ਛਕਣਾ ਚਾਹੁੰਦੇ ਜੀ ਤਾਂ ਗੁਲਸ਼ਨ ਕੁਮਾਰ ਜੀ ਦਾ ਇੱਥੇ ਲੰਗਰ ਲੱਗਦਾ ਆ, ਉੱਥੋਂ ਤੁਸੀਂ ਜਾ ਕੇ ਲੰਗਰ ਵਗੈਰਾ ਛਕ ਸਕਦੇ ਜੀ। ਗੁਲਸ਼ਨ ਕੁਮਾਰ ਜੀ ਦਾ ਲੰਗਰ ਤਾਂ ਦੋਸਤੋ ਕਾਫੀ ਥੱਲੇ ਪੈ ਜਾਂਦਾ ਵਾ, ਅਤੇ ਪਰ ਜੇ ਤੁਸੀਂ ਭੈਰੋ ਨਾਥ ਜੀ ਦਾ ਲੰਗਰ ਛਕਣਾ, ਇੱਥੇ ਕੜਾਹ ਪੰਗੂਰ ਅਤੇ ਜਲੇਬੀ ਵਗੈਰਾ ਦਾ ਇੱਥੇ ਬੜਾ ਟੇਸਟੀ ਜਿਹਾ ਲੰਗਰ ਮਿਲਦਾ ਵਾ, ਤੁਸੀਂ ਜਿਹੜਾ ਛਕ ਸਕਦੇ ਜੀ। ਦੁਪਹਿਰ ਦੇ 2:30 ਵੱਜ ਚੁੱਕੇ ਨੇ ਦੋਸਤੋ, ਅਤੇ ਆਪਾਂ ਛੇਤੀ ਤੋਂ ਛੇਤੀ ਕੋਸ਼ਿਸ਼ ਕਰਾਂਗੇ ਵੀ ਸ਼ਾਮੀ 4-5 ਵਜੇ ਜਾਂ 6 ਵਜੇ ਤੱਕ ਆਪਾਂ ਕਟੜਾ ਪਹੁੰਚ ਜਾਈਏ, ਜਿੱਥੇ ਜਾ ਕੇ ਫਿਰ ਆਪਾਂ ਅਕੋਮੋਡੇਸ਼ਨ ਵਗੈਰਾ ਲੈ ਕੇ ਰੂਮ ਲੈ ਕੇ ਆਪਾਂ ਉੱਥੇ ਰੈਸਟ ਕਰ ਸਕੀਏ। ਸ਼ਾਮ ਦੇ 6 ਵੱਜ ਚੁੱਕੇ ਨੇ ਅਤੇ ਆਪਾਂ ਕਟੜਾ ਪਹੁੰਚ ਗਏ ਹਾਂ, ਅਤੇ ਇੱਥੇ ਆਪਾਂ ਇੱਕ ਰੂਮ ਵਗੈਰਾ ਲੈ ਲਿਆ ਵਾ, ਏਸੀ ਰੂਮ ਜਿਹੜਾ 800 ਰੁਪਏ ਦੇ ਵਿੱਚ ਮਿਲ ਗਿਆ ਵਾ, ਅਤੇ ਇੱਥੇ ਆਪਾਂ ਅੱਜ ਰੈਸਟ ਕਰਦੇ ਹਾਂ। ਅੱਜ ਦੀ ਯਾਤਰਾ ਨਾਲ ਬਹੁਤ ਥਕਾਵਟ ਹੋਈ ਹੈ ਦੋਸਤੋ, ਜਿਸ ਕਰਕੇ ਆਪਾਂ ਅੱਗੇ ਦਾ ਸ਼ੂਟ ਨਹੀਂ ਕਰ ਸਕਦੇ ਵਲੋਗ, ਅਤੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਸਵੇਰੇ ਮਿਲਦੇ ਹਾਂ ਦੋਸਤੋ। ਤਦ ਤੱਕ ਲਈ ਗੁੱਡ ਨਾਈਟ। ਗੁੱਡ ਮਾਰਨਿੰਗ ਦੋਸਤੋ, ਕੀ ਹਾਲ ਚਾਲ ਜੀ? ਅੱਜ ਆਪਣਾ ਦੂਜਾ ਦਿਨ ਆ ਅਤੇ ਲਾਸਟ ਦਿਨ ਆ ਇੱਥੇ ਵੈਸ਼ਨੋ ਮਾਤਾ, ਅਤੇ ਆਪਾਂ ਰੂਮ ਦੇ ਵਿੱਚੋਂ ਫਰੈਸ਼ ਵਗੈਰਾ ਹੋ ਗਏ, ਰਾਤੀ ਸਾਨੂੰ ਹੋਟਲ ਵਗੈਰਾ ਮਿਲ ਗਿਆ ਜੀ, ਉੱਥੇ ਰਹੇ ਸਟੇਅ ਕੀਤਾ, ਅਤੇ ਵਧੀਆ ਹੀ ਕਮਰਾ, ਵਧੀਆ ਇਸ ਵਧੀਆ ਐਡਜਸਟਮੈਂਟ ਹੋ ਜਾਂਦੀ ਤੁਹਾਡੀ। 800 ਰੁਪਏ ਦੇ ਵਿੱਚ ਏਸੀ ਰੂਮ ਮਿਲ ਗਿਆ ਜੀ, ਅਤੇ ਬਾਕੀ ਇੱਥੇ ਹੁਣ ਖਾਣਾ ਖਾਣ ਲੱਗੇ ਹਾਂ ਅਤੇ ਬ੍ਰੇਕਫਾਸਟ ਕਰਕੇ ਉਸ ਤੋਂ ਬਾਅਦ ਆਪਾਂ ਵਾਪਸੀ ਕਰਾਂਗੇ ਕਟੜੇ, ਕੁਛ ਟ੍ਰੇਨ ਸਾਨੂੰ ਮਿਲ ਜੂਗੀ, ਅਤੇ ਬਾਕੀ ਖਾਣਾ ਤੁਸੀਂ ਵੇਖ ਸਕਦੇ ਹੋ ਇਹਦੇ ਵਿੱਚ ਆਪਾਂ ਕੋਲ, ਆਪਾਂ 2 ਵਰਾਇਟੀਆਂ ਕਰਾਈਆਂ ਵਾ। ਉਹ 200 ਤੁਸੀਂ ਦੇਖ ਸਕਦੇ ਹੋ, ਬਹੁਤ ਹੀ ਘੈਂਟ ਹੈ। ਇੱਥੋਂ ਲਾਹੌਰੀ ਵੈਸ਼ਨੋ ਢਾਬਾ, ਉਹਨਾਂ ਨੇ ਪਨੀਰ ਨਾਲ ਕਰਾਇਆ ਸੀ ਇੱਕ, ਅਤੇ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੇ ਮਤਲਬ ਵੀ ਬੇਕ ਕੀਤਾ ਜਾਂ ਜੋ ਵੀ ਹੈ ਨਾ ਵਧੀਆ ਬਣਾਇਆ ਵਾ। ਬਾਕੀ ਚਨੇ ਵਗੈਰਾ ਆਉਣ ਲੱਗੇ ਉਹ ਵੀ ਖਾਂਦੇ ਹਾਂ, ਅਤੇ ਵੇਖਦੇ ਹਾਂ ਟੇਸਟ ਕਿੱਦਾਂ ਦਾ। ਬ੍ਰੇਕਫਾਸਟ ਕਰਕੇ ਦੋਸਤੋ ਆਪਾਂ ਅੱਗੇ ਮਾਰਕੀਟ ਵਿੱਚ ਥੋੜ੍ਹਾ ਬਹੁਤਾ ਸਮਾਨ ਲਵਾਂਗੇ, ਅਤੇ ਫਿਰ ਉਸ ਤੋਂ ਬਾਅਦ ਆਪਾਂ ਵਾਪਸੀ ਕਰ ਲੈਣੀ ਹੈ। ਹਾਂਜੀ ਦੋਸਤੋ, ਆਪਾਂ ਪਹੁੰਚੇ ਹਾਂ ਇੱਥੇ ਡਰਾਈ ਫਰੂਟ ਵਾਲੀ ਦੁਕਾਨ, ਬਹੁਤ ਵਧੀਆ ਦੁਕਾਨ ਦਾ ਸ਼ਾਨਦਾਰ ਦੁਕਾਨ ਆ, ਬਾਈ ਹੋਣਾ ਦੁਕਾਨ, ਅਤੇ ਇੱਥੋਂ ਆਪਾਂ ਘਰ ਦਿਆਂ 'ਤੇ ਕੋਈ ਆਈਟਮਾਂ ਲਵਾਂਗੇ, ਇੱਥੇ ਡਰਾਈ ਫਰੂਟ ਵਗੈਰਾ ਜਾਂ ਆਪਾਂ ਨੂੰ ਆਹ ਵਾਲੀਆਂ ਹੈਗੀਆਂ ਵਾਂ ਕਮਲ ਹੈਗੀਆਂ, ਇਹ ਲਓ ਤੁਸੀਂ, ਬਹੁਤ ਵਧੀਆ ਲੱਗ ਜਾਣ ਘਰ ਸਰਦੀਆਂ ਦੀ ਲੱਗ ਜਾਣੀ, ਚੀਜ਼ ਬਹੁਤ ਵਧੀਆ ਲੱਗਦੀ ਹੈ।
ਕਟਕਾ ਦੋਸਤੋ ਅਖਰੋਟਾਂ ਕਰਕੇ ਬਹੁਤ ਫੇਮਸ ਆ ਦੋਸਤੋ, ਇੱਥੇ ਆ ਕੇ ਕਈ ਤਰ੍ਹਾਂ ਦੀ ਵਰਾਇਟੀ ਤੁਹਾਨੂੰ ਮਿਲ ਸਕਦੀ ਹੈ ਅਖਰੋਟਾਂ ਦੀ, ਅਤੇ ਕਾਗਤੀ ਅਖਰੋਟ ਜਿਹੜੇ ਇੱਥੇ ਬੜੇ ਮਸ਼ਹੂਰ ਨੇ, ਅਤੇ ਇੱਥੇ ਕਾਫੀ ਰੇਂਜ ਨੇ, ਜਿੱਦਾਂ 200, 250, 300, 400 ਇੱਦਾਂ ਦੀ ਰੇਂਜ ਆ। ਸਵੇਰ ਦੇ ਦੋਸਤੋ 10 ਵੱਜ ਚੁੱਕੇ ਆ, ਅਤੇ ਆਪਾਂ ਇੱਥੋਂ ਦੀ ਮਾਰਕੀਟ ਵਗੈਰਾ ਜਿੰਨਾ ਵੀ ਆਪਾਂ ਇੱਥੋਂ ਵੇਖ ਲਿਆ ਮਾਹੌਲ ਚਾਲ, ਅਤੇ ਸਮਾਨ ਸਮੂਨ ਆਪਾਂ ਵਾਪਸ ਲੈ ਲਿਆ ਨਾਲ ਆਪਣੇ, ਅਤੇ ਹੁਣ ਆਪਾਂ ਵਾਪਸੀ ਕਰਨੀ ਹੈ। ਦਸ ਮਿੰਟ ਦੇ ਵਿੱਚ ਆਟੋ ਵਾਲਾ ਸਾਨੂੰ ਸਟੇਸ਼ਨ 'ਤੇ ਲੈ ਕੇ ਆ ਗਿਆ ਦੋਸਤੋ, ਅਤੇ ਇੱਧਰ ਤੁਸੀਂ ਵੇਖ ਸਕਦੇ ਹੋ ਇੱਧਰੋਂ ਵੀ ਜਿਹੜਾ ਆਪਾਂ ਤੁਹਾਨੂੰ ਕੱਲ੍ਹ ਵਿਖਾਇਆ ਸੀ ਇੱਕ ਸ਼ੋਟ ਜਿਹਦੇ ਵਿੱਚ ਹੈਲੀਕਾਪਟਰ ਜਿਹੜਾ ਚੱਕਰ ਕੱਟਦਾ ਵਾ, ਇਨਕੁਆਇਰੀ ਆਫਿਸ ਤੋਂ ਆਪਾਂ ਨੂੰ ਪਤਾ ਲੱਗਾ ਵਾ ਕਿ ਜਿਹੜੀ ਆਪਾਂ ਟ੍ਰੇਨ ਆ ਉਹ 2 ਘੰਟੇ ਲੇਟ ਆ। ਫਾਈਨਲੀ ਦੋਸਤੋ ਆਪਾਂ ਆਪਣੀ ਜਰਨੀ ਪੂਰੀ ਕੰਪਲੀਟ ਕਰ ਚੁੱਕੇ ਹਾਂ, ਅਤੇ ਤੁਸੀਂ ਸਾਰਾ ਦੇਖਿਆ ਵੀ ਕਿੱਦਾਂ ਦਾ ਇਹ ਵਾਲਾ ਸਾਡਾ ਸਫ਼ਰ ਰਿਹਾ, ਅਤੇ ਤੁਹਾਨੂੰ ਆਪਾਂ ਡਿਟੇਲ 'ਚ ਸਾਰਾ ਕੁਝ ਦੱਸਿਆ, ਅਤੇ ਫਾਈਨਲੀ ਆਪਾਂ ਇਸ ਵਲੋਗ ਨੂੰ ਇੱਥੇ ਦੋਸਤੋ ਕੰਪਲੀਟ ਖਤਮ ਕਰਦੇ ਹਾਂ, ਅਤੇ ਆਪਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਜਲਦੀ ਵਧੀਆ ਵਲੋਗ, ਅਤੇ ਇਸ ਚੈਨਲ ਦਾ ਮਤਲਬ ਜੁੜੇ ਵਲੋਗ ਬਣੇ ਦਿਓ, ਸੋ ਮਿਲਾਂਗੇ ਤੁਹਾਨੂੰ ਗਾਈਜ਼ ਅਗਲੇ ਵਲੋਗ ਦੇ ਵਿੱਚ, ਤਾਂ ਤੁਹਾਡੀ ਥੈਂਕ ਯੂ।